ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਅਸੀਂ ਆਏ ਹਾਂ ਪੂਰਨ ਹੌਸਪੀਟਲ ਐਂਡ ਫਿਜ਼ੀਓਥੈਰੇਪੀ ਸੈਂਟਰ। ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਅਸੀਂ ਆਏ ਹਾਂ ਪੂਰਨ ਹੌਸਪੀਟਲ ਐਂਡ ਫਿਜ਼ੀਓਥੈਰੇਪੀ ਸੈਂਟਰ, ਜਿਹੜਾ ਕਿ ਬੂਟਾ ਸਵਰਗੀਆ ਡਾਕਟਰ ਪ੍ਰੀਤਮ ਸਿੰਘ ਜੀ ਨੇ ਲਗਾਇਆ। ਖੁਦ ਫਰੀਡਮ ਫਾਈਟਰ ਸੀਗੇ, ਲੰਬੀਆਂ ਘਾਲਣਾ ਘਾਲੀਆਂ। ਉਸ ਤੋਂ ਬਾਅਦ ਡਾਕਟਰ ਪੂਰਨ ਸਿੰਘ 80 ਦੇ ਵਿੱਚ ਆ ਗਏ ਔਰ 44 ਈਅਰਸ ਤੋਂ ਇਹ ਸੇਵਾ ਇੱਥੇ ਦੇ ਰਹੇ ਨੇ, ਨਾਲ ਫਿਜ਼ੀਓਥੈਰੇਪੀ ਦੀਆਂ ਸਰਵਿਸ, ਨਾਲ ਮੈਡੀਸਨਸ। ਔਰ ਕਰੋਨਾ ਦੇ ਔਖੇ ਪੀਰੀਅਡ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਇਸ ਇਲਾਕੇ ਦੀ, ਲੋਕਾਂ ਨੂੰ ਜਿਹੜਾ ਹੈਗਾ ਕਾਫੀ ਲੋਕਾਂ ਨੂੰ ਜ਼ਿੰਦਗੀ ਦਾ ਦਾਨ ਦਿੱਤਾ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ। ਉਹ ਸਮਾਂ ਜਦੋਂ ਡਾਕਟਰਸ ਬਹੁਤ ਘੱਟ ਹੁੰਦੇ ਸੀਗੇ, ਉਸ ਸਮੇਂ 'ਤੇ ਡਾਕਟਰ ਸਾਹਿਬ ਨੇ ਇਸ ਏਰੀਏ ਦੇ ਵਿੱਚ ਆਪਣਾ ਸੇਵਾ ਸ਼ੁਰੂ ਕੀਤੀ, ਔਰ ਸੇਵਾ ਸ਼ੁਰੂ ਦਾ ਮਤਲਬ ਸੇਵਾ ਵਾਂਗੂ ਹੀ ਸੇਵਾ ਕੀਤੀ ਹੈ। ਹੁਣ ਵੀ ਅਸੀਂ ਦੇਖਿਆ ਪੇਸ਼ੈਂਟ, ਤੁਸੀਂ ਦੇਖ ਰਹੇ ਸੀਗੇ, ਲੋਕ ਦਾ 500 ਰੁਪਏ ਕੰਸਲਟੇਸ਼ਨ ਦਾ ਹੁੰਦਾ, ਇੱਥੇ ਸਨੇ ਦਵਾਈ ਦੇ ਕੇ ਬਹੁਤ ਥੋੜ੍ਹੀ ਥੋੜ੍ਹੀ ਫੀਸ ਦੇ ਨਾਲ ਲੋਕਾਂ ਨੂੰ ਅਟੈਚ ਕਰ ਰਹੇ ਹੋ ਔਰ ਇੱਕ ਵਧੀਆ ਸਹੂਲਤ ਦੇ ਰਹੇ ਹੋ ਇਸ ਇਲਾਕੇ ਨੂੰ। ਇਹ ਪਹਿਲਾਂ ਤੋਂ ਹੀ ਸਾਡੇ ਪਹਿਲਾਂ ਬਜ਼ੁਰਗ ਕੰਮ ਕਰਦੇ ਸੀਗੇ, ਉਸ ਤੋਂ ਬਾਅਦ ਅਸੀਂ ਬੈਠ ਕੇ ਜਿਵੇਂ ਉਹਨਾਂ ਦੀ ਉਵੇਂ ਫੀਸ ਸੀਗੀ ਉਵੇਂ ਅਸੀਂ ਥੋੜ੍ਹੀ ਦਵਾਈ ਦੇ ਨਾਲ ਥੋੜ੍ਹਾ ਲੈ ਕੇ ਦਵਾਈ ਦੇਈ ਜਾਂਦੇ ਹਾਂ। ਡਾਕਟਰ ਸਾਹਿਬ, ਉਹ ਸਮਾਂ ਜਦੋਂ ਮਸ਼ੀਨਰੀ ਦਾ ਅਭਾਵ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਮਸ਼ੀਨਰੀਆਂ ਆ ਗਈਆਂ, ਤੁਸੀਂ ਉਸ ਟਾਈਮ ਦੇ ਉੱਤੇ ਵੀ ਫਾਦਰ ਨੇ ਵੀ ਮਤਲਬ ਉਹਨਾਂ ਦੀ ਸਕੈਨਿੰਗ ਜਿਹੜੀ ਹੱਥਾਂ 'ਚ ਸੀਗੀ, ਔਰ ਅੱਜ ਵੀ ਤੁਹਾਡੇ ਜਦੋਂ ਬੰਦਾ ਆਉਂਦਾ, ਪੇਸ਼ੈਂਟ ਆਉਂਦਾ, ਤਾਂ ਤੁਸੀਂ ਉਹਨੂੰ ਦੇਖ ਕੇ ਵੀ ਕਾਫੀ ਕੁਝ ਜੱਜ ਕਰ ਲੈਂਦੇ ਹੋ, ਇਹ 40 ਸਾਲ ਦਾ ਐਕਸਪੀਰੀਅੰਸ 44 ਸਾਲ ਦਾ ਮੰਨੀਏ? ਐਕਸਪੀਰੀਅੰਸ ਦਾ ਫਰਕ ਤਾਂ ਪੈਂਦਾ ਹੀ ਹੈ ਜੀ। ਫਿਰ ਪਹਿਲਾਂ ਬਜ਼ੁਰਗਾਂ ਤੋਂ ਸਿੱਖੇ, ਫਿਰ ਆਪ ਪੜ੍ਹ ਕੇ ਕੀਤਾ, ਫਿਰ ਇਹਦੇ ਨਾਲ ਦੇਖ ਲੈਂਦਾ, ਹੌਲੀ ਹੌਲੀ ਤਜਰਬਾ ਐਕਸਪੀਰੀਅੰਸ ਹੋ ਜਾਂਦਾ, ਉਹਦੇ ਨਾਲ ਬਾਕੀ ਟੈਸਟ ਕਰਵਾ ਕੇ ਦੇਖ ਲਈਦਾ। ਡਾਕਟਰ, ਪ੍ਰੀਵੈਂਟਿਵ ਮੈਡੀਸਨ 'ਤੇ ਤੁਸੀਂ ਜ਼ਿਆਦਾ ਐਮਸਾਈਜ਼ ਕਰਦੇ ਹੋ, ਜਿਹੜਾ ਪੇਸ਼ੈਂਟ ਆਉਂਦਾ ਉਹਨੂੰ ਪਰਹੇਜ਼ ਦੱਸਦੇ ਹੋ ਵੀ ਭਾਈ ਧਿਆਨ ਰੱਖ ਆਪਣੀ ਸਿਹਤ ਦਾ, ਜੰਕ ਫੂਡ ਜਿਹੜੇ ਹੈਗੇ ਘੱਟ ਖਾਣੇ ਹੈਗੇ ਆ, ਥੋੜ੍ਹੀ ਐਕਸਰਸਾਈਜ਼ ਕਰਨੀ ਆ। ਜਿਹੜੇ ਵੀ ਸ਼ੂਗਰ ਦੇ ਪੇਸ਼ੈਂਟ ਆਉਂਦੇ ਤੁਹਾਡੇ ਨਾਲ, 20 ਸਾਲ 25 ਸਾਲ ਹੋ ਗਏ, ਉਹ ਆਪਦਾ ਸਰਵਾਈਵ ਕਰ ਰਹੇ ਹੈਗੇ ਆ ਔਰ ਮੈਡੀਸਨ ਤੁਹਾਡੇ ਅਨੁਸਾਰ ਲੈ ਰਹੇ ਆ? ਹਾਂਜੀ, ਇਸ ਤਰ੍ਹਾਂ ਹੀ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹਦੇ ਵਿੱਚ ਸਾਰਾ ਪਰਹੇਜ਼ ਦੇ ਨਾਲ ਹੀ ਬਿਮਾਰੀ ਤਾਂ ਤੁਸੀਂ ਜ਼ਿਆਦਾ ਕੰਟਰੋਲ ਕਰ ਸਕਦੇ ਆ, ਮੈਡੀਸਨ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਡਾਕਟਰ ਸਾਹਿਬ, ਉਹ ਸਮਾਂ ਜਦੋਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸੀ ਤੇਜ਼ਾਬ ਕੀ ਹੈਗਾ, ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੇ ਤੇਜ਼ਾਬ, ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮਸ, ਕੰਸਟੀਪੇਸ਼ਨ ਦੀ ਆਪਾਂ ਗੱਲ ਕਰ ਲਈਏ, ਉਸ ਸਮੇਂ ਦੇ ਉੱਪਰ ਬਜ਼ੁਰਗਾਂ ਨੇ ਕਦੇ ਗੱਲ ਕਰਨੀ ਵੀ ਕਿਸੇ ਨੂੰ ਕਬਜ਼ ਹੋ ਗਈ, ਕਿਸੇ ਨੂੰ ਪ੍ਰੋਬਲਮ ਆ ਗਈਆਂ, ਲੇਕਿਨ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਵੀ ਇਹ ਪ੍ਰੋਬਲਮਸ ਆ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਅੱਜ ਕੱਲ੍ਹ ਬੱਚੇ ਜ਼ਿਆਦਾ ਜੰਕ ਫੂਡ ਖਾਈ ਜਾਂਦੇ ਜੀ, ਪੁਰਾਣਾ ਜਿਹੜਾ ਨੈਚੁਰਲ ਉਹ ਖਾਂਦੇ ਨੀਗੇ, ਜਿਹੜੀ ਘਰ ਦੀ ਖੁਰਾਕ ਉਹ ਲੈਂਦੇ ਨੀਗੇ, ਬਾਹਰਲੇ ਬਰਗਰ ਵਗੈਰਾ ਪੀਜ਼ਾ ਵਗੈਰਾ ਉਹ ਖਾ ਜਾਂਦੇ, ਉਹਦੇ ਨਾਲ ਅੰਤੜੀਆਂ ਦੇ ਵਿੱਚ ਫਰਕ ਪੈਣਾ ਹੀ ਆ, ਉਹ ਖੁਸ਼ਕ ਹੁੰਦੀ ਹੈ ਅਤੇ ਨਾ ਕੋਈ ਜ਼ਿਆਦਾ ਪਾਣੀ ਪੀਂਦਾ, ਨਾ ਕੋਈ ਜ਼ਿਆਦਾ ਸਲਾਦ ਵਗੈਰਾ ਖਾਂਦੇ ਨੇ, ਇਹਦੇ ਨਾਲ ਫਰਕ ਪੈਂਦਾ। ਡਾਕਟਰ ਸਾਹਿਬ, ਫਿਜ਼ੀਓਥੈਰੇਪੀ ਉਸ ਟਾਈਮ 'ਤੇ ਇਹ ਸੇਵਾ ਇੱਥੇ ਸ਼ੁਰੂ ਕੀਤੀ ਗਈ ਜਦੋਂ ਬਹੁਤ ਦੂਰ ਦੂਰ ਲੋਕਾਂ ਨੂੰ ਬਠਿੰਡੇ ਜਾਣਾ ਪੈਂਦਾ ਸੀਗਾ, ਲੁਧਿਆਣੇ ਜਾਣਾ ਪੈਂਦਾ ਸੀਗਾ, ਔਰ ਅੱਜ ਫਿਜ਼ੀਓਥੈਰੇਪੀ ਦਾ ਇਹ ਵਧੀਆ ਸੈਂਟਰ ਬਣ ਚੁੱਕਿਆ, ਜਿਹਦੇ ਵਿੱਚ ਲੋਕਾਂ ਨੂੰ ਬਿਨਾਂ ਮੈਡੀਸਨਸ ਤੋਂ ਹੀ, ਕਿਉਂਕਿ ਜਿਹੜੇ ਸਪੋਂਡੇਲਾਈਟਿਸ ਵਾਲੇ ਆ, ਡਿਸਕ ਵਾਲੀ ਪ੍ਰੋਬਲਮ ਵਾਲੇ ਆ, ਨਿਊਰੋ ਵਾਲੇ ਪੇਸ਼ੈਂਟ ਹੈਗੇ ਆ, ਪੈਰਾਲਾਈਜ਼ ਵਾਲੇ ਪੇਸ਼ੈਂਟ ਆ, ਉਹਦੇ ਲਈ ਵਰਦਾਨ ਹੈਗਾ ਪੂਰਨ ਫਿਜ਼ੀਓਥੈਰੇਪੀ ਸੈਂਟਰ। ਹਾਂਜੀ, ਇਹ ਵੀ ਕਾਫੀ ਅਸੀਂ 8-10 ਸਾਲ ਤੋਂ ਕਰ ਰਹੇ ਹਾਂ, ਸੇਵਾ ਨਿਭਾ ਰਹੇ ਹਾਂ। ਇਸ 'ਚ ਮੇਰਾ ਬੇਟਾ ਅਮਨਦੀਪ ਸਿੰਘ, ਹੁਣ DPT ਉਹਨਾਂ ਨੇ ਕੀਤੀ ਹੈ, ਨਾਲ ਉਹਨਾਂ 'ਚ ਮਿਸਿਜ ਹੈ ਗਗਨਦੀਪ ਕੌਰ, ਉਹਨਾਂ ਨੇ GNM ਕੀਤੀ ਸੀਗੀ DMC 'ਚੋਂ, ਨਾਲ ਉਹ ਸੇਵਾ ਦੇ ਰਹੇ ਹਨ।
ਜੋ ਕਿ ਬਹੁਤ ਸਸਤੇ ਰੇਟਾਂ ਦੇ ਵਿੱਚ ਹੀ ਆਮ 150 ਰੁਪਏ ਅਸੀਂ ਕਰਦੇ ਹਾਂ ਚਾਰਜ ਇੱਕ ਘੰਟੇ ਦਾ। ਹਾਂਜੀ ਡਾਕਟਰ ਸਾਹਿਬ, ਕਰੋਨਾ ਦਾ ਔਖਾ ਸਮਾਂ ਆਇਆ, ਬਹੁਤ ਭਿੰਕਰ ਸਮਾਂ ਸੀਗਾ, ਲੇਕਿਨ ਤੁਸੀਂ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾਂ ਲੋਕਾਂ ਨੂੰ ਐਕਸਪੋਜ਼ ਰਹੇ, ਸੇਵਾ ਕੀਤੀ ਲੋਕਾਂ ਦੀ, ਔਰ ਆਪਣਾ ਕਲੀਨਿਕ ਬੰਦ ਨਹੀਂ ਕੀਤਾ। ਹਾਂਜੀ, ਉਹਦੇ ਚੱਲਦਾ ਜੀ, ਸਾਡਾ ਤਾਂ ਰਾਤ ਦਿਨ ਉਵੇਂ ਚੱਲਦਾ ਸੀਗਾ ਜੀ, ਲੋਕਾਂ ਨੂੰ ਪ੍ਰਕਾਸ਼ਨ ਦੱਸਣੇ ਅਤੇ ਹਰੇਕ ਨੂੰ ਉਵੇਂ ਅਸੀਂ ਦੇਈ ਗਏ ਹਾਂ ਦਵਾਈ, ਬਾਕੀ ਉਹਨਾਂ ਨੂੰ ਪਰਹੇਜ਼ ਦੱਸ ਦੇਈਦੇ, ਉਸ ਹਿਸਾਬ ਨਾਲ ਲੈ ਨਹੀਂ ਕੋਈ, ਜਿਵੇਂ ਮੂਹਰੇ ਸ਼ੀਸ਼ਾ ਕਰ ਲਿਆ, ਉਹ ਕਰ ਲਿਆ, ਉਹ ਕਰ ਲਿਆ, ਆਮ ਸੈਂਪਲ ਦੱਸ ਦੇਈਦੇ, ਇੱਦਾਂ ਚੱਲੀ ਗਿਆ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਕਿਉਂਕਿ ਤੁਸੀਂ ਅੱਜ ਤੱਕ ਕਦੇ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਤੋਂ ਬੜੇ ਦੂਰ ਹੋ, ਐਡ ਸ਼ਬਦ ਤੋਂ ਡਾਕਟਰਸ ਜਿਹੜੇ ਐਥਿਕਸ ਨਹੀਂ ਸਮਝਦੇ, ਲੇਕਿਨ ਫਿਰ ਵੀ ਸਾਡੀ ਪ੍ਰੋਜ਼ੋਰ ਮੰਗ ਦੇ ਉੱਪਰ, ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ, ਕਿਉਂਕਿ ਜਦੋਂ ਜਿਵੇਂ ਸਾਨੂੰ ਦੱਸਿਆ ਵੀ ਇੰਨੇ ਪੁਰਾਣੇ ਡਾਕਟਰ ਨੇ ਔਰ ਇੰਨਾ ਹੱਥ ਲਾ ਕੇ ਦੱਸ ਦਿੰਦੇ ਚੀਜ਼ਾਂ ਨੂੰ, ਤੁਹਾਡਾ ਸਾਨੂੰ ਸਮਾਂ ਦੇਣ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।